बारिश हो रही है कि वैसे तो धूप बारिश से पता नहीं लग रहा कर रही है बारिश हो रही चलो पंबी तो हो जाऊगी इस तरह ही है ना हां जी सारी पंबी घर आई थी इधर पीछे रहो पीछे हीरा ने नहाना है हीरा ने होंठ नहीं करवाई है फातिमा भी पक पक के जाती है सही दो बारी फड़क ले आई मेरा मोटरसाइकिल गीला हो गया मैं तुम क्या बैग में मोटरसाइकिल हो गया चलो तो हो जाऊगा चलो कोई गल नहीं खड़ा रहे क्यों लड़ाइयाँ शुरू कर लिया अच्छा जी आया बेटा आया बेटी साढ़े को नहा लो बाश के करा फोन मजदूरों ने मैं तो कहता मैं सारों घर कड़ ली हजे तक वो पहुंचने नहीं सी इतने कोई नहीं धुप लगी कर लगे इस वेला बात की बेहतरी होगी बिल्कुल बालन लिया बालन आ गया हम गड्डू चक ले आइए वह हूँ पै लाने थोड़ी जी चक लिया गिले तो जे होने हो गए मैं तो कहना समा हवा फिर जो बेहतर वैसे धुप्पा देखो यार तू गिल्ला बस मोटर पीछे कर दे हां देखता दो तकनी पईयां मेरे ते यार बड़ी बड़ी कर दे मोटर मैं भज्या कणा दी चिकणी छड़े सी अमन जी देख लो आंख नहीं लगदा अमन जी कणा छड़े आ कोई नहीं लगदा आ सी मोटरसाइकिल पीछे करियो ए मोटरसाइकिल उठ खड़ा करी मैं जी देखो देखो तू मेरा मोटरसाइकिल पंगी दे विच खड़ा कर देता सारा भर गया नहा मेरा बेटा नहाइया नहाइया कर लो आ जाओ ना आज नहीं निकली नेम जी अद्धी कल वी घलिया बहुत ਦੇ ਗਈਆਂ ਸੀ ਉਹਨਾਂ ਵੱਡੀਆਂ ਪਹਿਲਾਂ ਆਹ ਦੇਖਾਂ ਬਰ ਬਰਫ ਹੈਗੀ ਵੱਡਾ ਸੀ ਉਹ ਹੋ ਗਿਆ ਹੁੰਦੀ ਹੈ ਹੁੰਦੀ ਕਿਤੇ ਕਿਤੇ ਦਾ ਆਏ ਦਾਣੇ ਉਧਰ ਦੋ ਤੇ ਦੇਖੇ ਮੈਂ ਖੁਦ ਵੀ ਦਿਖਾ ਲ ਆਹ ਦੇਖੋ ਸਾਹਮਣੇ ਆਪ ਨੂੰ ਕੋਈ ਕਹਿੰਦਾ ਆਹ ਦੇਖੋ ਬਾਣੀ ਨਿੱਚ ਗਾਣਾ ਦੇ ਨਾ ਗਾਣਾ ਲਾਉਣਾ ਦੇ ਨਾ ਕਿ ਆਦਨ ਕਰੀ ਕਰੀ ਉਹਨੇ ਗੱਡੀ बर्फबारी होना शुरू हो गई है पत्थर पहला जो तो पिंग पै जाए बारिश रुक जाती होंगी अल्लाह सुने बस रोक बड़ी पै गई मैनू तो एक ही नजर आती है इस तरह ही होंगी होंगी इस तरीके नहीं नहीं इस तरह ही होंगी मैं तो जो देखी इदा ही देखी ओ एक कलर तो अनु लगता ना तो अनु आ ही काम मा आ जा मेरा बेटा आ जा चोनु आ जो जी जी बारिश बाहर हो रही है ते बच्चे कहंदे है कि सानू लगी हुई है भूख मम्मा जी सानू कोई चीज दो
ਮਤਲਬ ਬੇਟਾ ਤੁਹਾਡੇ ਪਾਪਾ ਜਿਹੜੇ ਖਰਬੂਜ਼ੇ ਲੈ ਕੇ ਅਸੀਂ ਨਾ ਉਹ ਕੱਟਦੇ ਆ ਤੇ ਕਿੰਨਾ ਬੜਾ ਬਿਲਕੁਲ ਜੀ ਇਸ ਤਰ੍ਹਾਂ ਚਲੋ ਕੋਈ ਨੀ ਸੁੱਕੀ ਤੇ ਗਾ ਲਾਂਗੇ ਜਿਸ ਤਰ੍ਹਾਂ ਅੱਲਾਹ ਤਾਲਾ ਦੀ ਮਰਜ਼ੀ ਜੇ ਬਿਲਕੁਲ ਜਿਸ ਤਰ੍ਹਾਂ ਤੁਹਾਨੂੰ ਬਿਹਤਰ ਲੱਗਦਾ ਉਸ ਤਰ੍ਹਾਂ ਹੋ ਜਾਂਦਾ ਹਾਂਜੀ ਇਨਸਾਨ ਦੇ ਬਹੁਤ ਕੁਝ ਕਹਿੰਦਾ ਬਾਬਾ ਜੀ ਝੂਲਾ ਬਣਿਆ ਸੀ ਝੂਲਾ ਬਣਿਆ ਸੀ ਬੇਟਾ ਉਹ ਵੈਸੇ ਹੁੰਦੀ ਆ ਪਤਾ ਨਹੀਂ ਉਹਨੂੰ ਧਨਕ ਬੋਲਦੇ ਆ ਪਤਾ ਨਹੀਂ ਜੀ ਮੈਨੂੰ ਤਾਂ ਪਤਾ ਨਹੀਂ ਤੁਹਾਨੂੰ ਪਤਾ ਹੋਊਗਾ ਧਨਕਨ ਇਹ ਚਾਹੇ ਬਾਅਦ ਵਿੱਚ ਲੱਗਦਾ ਪਤਾ ਖਾ ਕੇ ਦੇਖਿਓ ਕਿਸ ਤਰ੍ਹਾਂ ਦੇ ਆ ਪਤਾ ਨਹੀਂ ਸ਼ਕਲ ਤੋਂ ਤਾਂ ਮੈਨੂੰ ਜ਼ਬਰਦਸਤ ਲੱਗਦਾ ਜ਼ਬਰਦਸਤ ਲੱਗਦਾ ਲੇਕਿਨ ਜਿਹੜਾ ਸਾਨੂੰ ਉੱਥੇ ਉਹਨਾਂ ਨੂੰ ਚੈੱਕ ਕਰਾਇਆ ਸੀ ਨਾ ਕੱਟ ਕੇ ਉਹ ਬੜਾ ਮਿੱਠਾ ਸੀ ਲੇਕਿਨ ਫਿਰ ਘਰ ਵੀ ਅਸੀਂ ਖਾਧਾ ਆ ਕੇ ਉਹ ਵੀ ਬੜਾ ਮਿੱਠਾ ਸੀ ਲੇਕਿਨ ਅਲੱਗ ਅਲੱਗ ਲਾਇਆ ਸੀ ਨਾ ਮੈਂ ਜੋ ਮਰਜ਼ੀ ਬਣਾ ਲਿਓ ਜੋ ਤੁਹਾਨੂੰ ਚੰਗਾ ਲੱਗਦਾ ਦੇਖ ਸੋਚ ਲੈਂਦੇ ਤੁਸੀਂ ਪਹਿਲਾਂ ਲਾਹ ਤੇ ਕਰਨਾ ਕੋਈ ਆਸਾਨ ਜੀ ਡਿਸ਼ ਪਕਾ ਕੇ ਖਾ ਲਈ ਮੈਂ ਅੱਡੇ ਤੋਂ ਸਮੋਸੇ ਨਾ ਲਿਆਉਣਾ ਤੁਹਾਨੂੰ ਫਿਰ ਹਾਂਜੀ ਉਸ ਦਿਨ ਜਿਹੜੇ ਸਮੋਸੇ ਅੱਡੇ ਮਜ਼ੇ ਦੇ ਕੋਈ ਨਹੀਂ ਸੀ ਠੰਡੇ ਸੀ ਬਈ ਬਾਸ ਕੋਲ ਖੜੇ ਹੋ ਕੇ ਨਾ ਤਿਆਰ ਕਰਵਾਉਂਦੇ ਲੇਕਿਨ ਫਿਰ ਤੁਸੀਂ ਮੇਰੇ ਨਾਲ ਮੈਂ ਨਹੀਂ ਤਾਂ ਮੈਂ ਵੀ ਇਸ ਤਰ੍ਹਾਂ ਨਹੀਂ ਲੈ ਕੇ ਆਉਂਦਾ ਜੀ ਅਤੇ ਫਿਰ ਤੁਹਾਨੂੰ ਮੈਂ ਦੁਬਾਰਾ ਘਰ ਛੱਡ ਕੇ ਫਿਰ ਜਾਣਾ ਪੈਣਾ ਸੀ ਮੈਨੂੰ ਬਸ ਮੇਰਾ ਖੁਦ ਇਸ ਤਰ੍ਹਾਂ ਦੀ ਕੋਈ ਚੀਜ਼ ਖਾਣੇ ਨਾ ਦਿਲ ਕਰਦਾ ਕੋਈ ਨਾ ਹੋਵੇ ਮੇਰਾ ਹੱਥ ਹੋਣਾ ਖਾਣੇ ਖੁੜਾਂ ਡਿਆ ਚਲੋ ਹਾਂ ਖਾਣੇ ਦਿਲ ਕਰਦਾ ਕੱਲ੍ਹ ਮੇਰਾ ਦਿਲ ਕਰਦਾ ਸੀ ਚਿਪਸ ਲੈ ਆਉਣ ਲੇਕਿਨ ਫਿਰ ਸਾਨੂੰ ਜਲਦੀ ਸੀ ਫਿਰ ਅਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਲਈ ਸਹੀ ਆ ਆਪਾਂ ਛੋਟੇ ਪੀਸ ਕਰਕੇ ਅੱਛਾ ਜੀ ਬਾਰਿਸ਼ ਹੋ ਕੇ ਹਟੀ ਆ ਅਤੇ ਬੱਦਲ ਵੀ ਬਣੇ ਹੋਏ ਆ ਅਤੇ ਹਲਕੀ ਹਲਕੀ ਧੁੱਪ ਵੀ ਹੈਗੀ ਹੈ ਅਤੇ ਹੁਣ ਨਾ ਮੈਂ ਜਾਨਵਰਾਂ ਨੂੰ ਪੱਠੇ ਪਾਉਂਦਾ ਅਤੇ ਉਸ ਤੋਂ ਬਾਅਦ ਇੱਥੇ ਨਾ ਤਿਲੀ ਬੀਜੀ ਹੋਈ ਆ ਅਤੇ ਖੰਭੇ ਤੋਂ ਪਰਲੀ ਸਾਈਡ 'ਤੇ ਨਾ ਥੋੜ੍ਹੀ ਜਗ੍ਹਾ ਆ ਉੱਥੇ ਜੰਤਰ ਬੀਜਿਆ ਅਤੇ ਇਹਦੀਆਂ ਵੱਟਾਂ ਪਾਉਣੀਆਂ ਮੈਂ ਆਵਾਜ਼ ਨੂੰ ਦਿਖਾਉਣ ਗਿਆ ਤੁਸੀਂ ਨਾ ਦਾਣੇ ਚੱਕ ਲਓ ਅਤੇ ਮੈਂ ਜਾਨਵਰਾਂ ਨੂੰ ਪੱਠੇ ਪਾ ਲਾਂਗਾ ਸਾਰਿਆਂ ਨੂੰ ਅੱਛਾ ਜੀ ਸ਼ਾਮ ਹੋ ਗਈ ਹੋਈ ਹੈ ਅਤੇ ਅਸੀਂ ਅੱਜ ਬਣਾਏ ਹਾਂ ਜੀ ਸਾਬਤ ਮਸਰ ਜਵੇਦੀ ਫਰਮਾਇਸ਼ 'ਤੇ ਹਾਂਜੀ ਮੇਰੀ ਫਰਮਾਇਸ਼ 'ਤੇ ਪਹਿਲਾਂ ਨਹੀਂ ਮੈਂ ਕਹਿੰਦਾ ਹੁੰਦਾ ਸੀ ਦੇਖ ਲਓ ਹੁਣ ਕਿੰਨੇ ਪਸੰਦ ਹੋ ਗਏ ਮੈਂ ਲਗਾ ਤਾ ਹਾਂਜੀ ਲੇਕਿਨ ਮੇਰੇ ਬੱਚੇ ਵੀ ਖਾ ਲੈਂਦੇ ਇਹਨਾਂ ਨੂੰ ਬਹੁਤ ਪਸੰਦ ਹਾਂਜੀ ਵੈਸੇ ਗਰਮੀਆਂ ਨੇ ਖਾਣੇ ਚਾਹੀਦੇ ਆ ਬਸ ਚਾਹੁੰਦੇ ਨਾ ਆਪਣੀਆਂ ਮਿਰਚਾਂ ਫਿਰ ਤੁਹਾਨੂੰ ਲਿਆਉਣੀਆਂ ਪੈਣੀਆਂ ਪੈਣੀਆਂ ਮੈਂ ਵੀ ਦੱਸ ਰਹੀ ਸੀ ਕਹਿੰਦੀ ਮੇਰੀ ਮੰਮੀ ਤੇ ਖੁਦ ਆਪਣੀਆਂ ਉੱਥੋਂ ਤੋੜ ਕੇ ਪਾਉਂਦੀ ਹੈ ਆਪਣੀ ਇੱਕ ਮਿਰਚ ਲੱਗੀ ਹੋਈ ਹੈ ਹਾਂਜੀ ਅੱਛਾ ਮੈਂ ਕਹਿੰਦੀ ਸੀ ਅੱਜ ਗੋਟੇ ਬਣਾਉਣੀ ਆ ਸਵਾਹ ਬਣਾਉਣੀ ਆ ਅਤੇ ਸਬਜ਼ੀ ਤੇ ਪਾਉਂਦੇ ਹਾਂ ਅੱਛਾ ਚਲੋ ਕੋਈ ਗੱਲ ਨਹੀਂ ਅੱਛਾ ਜੀ ਇਹ ਹੋ ਗਈਆਂ ਜੀ ਸਬਜ਼ ਮਿਰਚਾਂ ਇੱਕ ਮੈਂ ਛੋਟਾ ਜਿਹਾ ਪਿਆਜ਼ ਕੱਟ ਕੇ ਪਾਇਆ ਵਾ ਸਾਬਤ ਮਸਰ ਪਾ ਲਿਆ ਤੇ ਬਾਹਰ ਕੀਰਾ ਔਰ ਫਾਤਮਾ ਲੜਾਈ ਕਰ ਰਹੀ ਆ ਜਿਹੜੀ ਸਵੇਰ ਮੈਂ ਲੈ ਕੇ ਆਇਆ ਸੀ ਉਹਨਾਂ ਚ ਪਾਈ ਨਹੀਂ ਉਹ ਉੱਥੋਂ ਇੱਕ ਚੱਕ ਕੇ ਪਾਇਆ ਉਹ ਤੇ ਮੈਂ ਸਵੇਰ ਅੰਡਾ ਪਿਆਜ਼ ਬਣਾ ਲਿਆ ਸੀ ਨਾ ਬੱਚਿਆਂ ਵਾਸਤੇ ਸਹੀ ਹੋ ਗਿਆ ਹਾਂਜੀ ਜੀ ਬੇਟਾ ਇਹ ਲਸਣ ਦੀਆਂ ਕਲੀਆਂ ਸੁੱਕੇ ਮਸਾਲੇ ਐਡ ਕਰਾਂਗੇ ਬਾਹਰ ਲੈ ਚੁੱਲ੍ਹੇ ਤੇ ਮੈਂ ਹਾਂਡੀ ਬਣਾਉਣੀ ਸੀ ਲੇਕਿਨ ਬਾਰਿਸ਼ ਆ ਗਈ ਹੈ ਤੇ ਹੁਣ ਬਣਾਵਾਂਗੇ ਬਸ ਹਾਂਜੀ ਚਲੋ ਬਾਰਿਸ਼ ਵਿੱਚ ਉਹਨਾਂ 2 ਘੰਟੇ ਦਾ ਵਕਤ ਹੋ ਗਿਆ ਧੁੱਪ ਹੀ ਨਿਕਲੀ ਦੁਬਾਰਾ ਬੱਦਲ ਆ ਗਏ ਤੇ ਹਲਕੀ ਹਲਕੀ ਨਾ ਬਾਰਿਸ਼ ਦੁਬਾਰਾ ਸ਼ੁਰੂ ਹੋ ਗਈ ਨਮਕ ਆਹ ਪੱਤੇ ਦੇ ਖਾਣਾ ਪੀ ਕੇ ਜਨ ਦਿਆ ਵਾ ਦੜਾ ਮਿਰਚ ਔਰ 1 ਚਮਚ ਲਾਲ ਮਿਰਚ ਪੀਸੀ ਹੋਈ ਹੈ ਪਾਣੀ ਐਡ ਕਰਾਂਗੇ ਹੁਣ ਇਹਦੇ 'ਚ ਅਤੇ ਇਹਨੂੰ ਪੱਕਣਾ ਰੱਖ ਦੇਣਾ ਹੁਣ ਅਸੀਂ ਹੁਣ ਜਦੋਂ ਕਿਤੇ ਗੱਡੀ 'ਤੇ ਗਏ ਨਾ ਤੇ ਪਾਣੀ ਲੈ ਕੇ ਆਉਣਾ ਪਾਣੀ ਐਡ ਕਰ ਲਿਆ ਜੀ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਮੈਂ ਕੁੱਕਰ 'ਚ ਐਡ ਕਰ ਲਈਆਂ ਹੁਣ ਲਗਾਵਾਂਗੇ ਜੀ ਕੁੱਕਰ ਦਾ ਢੱਕਣ ਮੈਨੂੰ ਇਸ ਤਰ੍ਹਾਂ ਲੱਗਿਆ ਜਿਸ ਤਰ੍ਹਾਂ ਛੱਤ ਤੋਂ ਪਾਣੀ ਆ ਰਿਹਾ ਹੁੰਦਾ ਚ
चलो जी 10 मिनट सीटी लगावे ते मैं बर्तन धोला तो मेरी चाय पई है मैं चाय पीना पहले। जी सालन तैयार हो गया वा ते ऐ सब्ज धनिया ए बाप ते मैं ਭਿੰਡੀ ਫੜ ਕੇ ਲਾ ਕੇ ਦਿੱਤੀ ਹੈ ਤਾਂ ਦੇਖ ਕੇ ਉਹਦੇ ਚ ਪੱਕ ਗਏ ਨਹੀਂ ਤੁਸੀਂ ਨਹੀਂ ਖਾਣਾ ਤੁਹਾਡੇ ਅੱਗੇ ਦਰਦ ਕਰ ਰਿਹਾ ਬਸ ਮੈਂ ਮਾੜਾ ਜਿਹਾ ਪਕਾ ਤੇ ਬਸ ਕਰਨਾ ਪਾਈ ਜਾਂ ਦੁਆ ਪਾ ਲੈਣਗੇ ਅੱਛਾ ਤਾਂ ਕੋਈ ਨਹੀਂ ਚਲ ਕੋਈ ਪਾਣੀ ਹੈ ਕੀ ਤੇ